ਹੁਣ ਆ ਗਈ ਸੀ ਮੰਮੀ, ਤੁਰਨ ਲੱਗਿਆ 200 ਰੁਪਇਆ ਦੇ ਕੇ ਗਈ ਮੈਂ ਮੇਰੇ ਮੁੰਡੇ ਨੂੰ। ਇਹਨਾਂ ਨੂੰ ਕਹਿਣ ਲੱਗਿਆ ਮਾਸਾ ਹੋਰ ਤਰ੍ਹਾਂ ਨਾ ਹੋਇਆ ਕਿ ਅਸੀਂ ਇੰਨੇ ਟਾਈਮ ਬਾਅਦ ਆਈਆਂ ਵਾਂ ਤੇ ਇੰਨੇ ਕੁ ਪੈਸੇ ਦੇਣੀਆਂ ਚੰਗੀਆਂ ਲੱਗਾਂਗੀਆਂ, ਉਹ ਤੋਂ ਬਾਅਦ ਤੇ ਮੈਂ ਖਰਚਾ ਕਰ ਛੱਡਿਆ, ਮੈਂ ਇਹਨਾਂ ਦੇ ਪੈਸਿਆਂ ਦੀ ਭੁੱਖੀ ਹਾਂ। ਉਹ ਤਾਂ ਦੀਦੀ ਉਹਨੇ ਆ ਹੀ ਜਾਣਾ ਵਾ। ਤੇ ਕਮਲ ਉਦੋਂ ਕੀ ਕਹਿ ਕੇ ਗਈ ਸੀ ਵੀ ਜਦੋਂ ਤੁਸੀਂ ਆਓਗੇ ਨਾ? ਜੇ ਮੈਂ ਆਪਣੇ ਪੇਕੇ ਜਾਂਦੀ ਹਾਂ ਤੇ ਉਹ ਆਉਂਦੇ ਤੇਰਾ ਇੱਥੇ ਕੀ ਹੈ ਤੇ ਮੈਂ ਇੱਥੇ ਕਰਦੀ ਤੇ ਤੁਸੀਂ ਆਉਂਦੇ ਤੇਰਾ ਇੱਥੇ ਕੀ ਹੈ? ਮੈਨੂੰ ਦੱਸੋ ਫਿਰ ਮੈਂ ਜਾਵਾਂ ਕਿੱਥੇ? ਮੈਂ ਤਾਂ ਦੋਵਾਂ ਘਰਾਂ ਵਾਸਤੇ ਕਰਦੀ ਮਰ ਚੱਲੀ ਹਾਂ। ਡੈਡੀ ਮੈਂ ਆੜਤੀ ਨੂੰ ਫੋਨ ਕੀਤਾ ਸੀ, ਉਹਦਾ 50,000 ਚਾਹੀਦਾ ਤੇ ਅੱਜ ਹੀ ਲੈ ਜਾ, ਜੇ 1,00,000 ਚਾਹੀਦਾ ਤੇ ਫਿਰ 10 ਦਿਨ ਰੁਕ ਜਾ। ਤੁਹਾਨੂੰ ਦੂਸਰਾ ਕੀ ਕਰਨਾ, ਖੜਿਆ ਤਾਂ ਵੀ ਪੰਗਾ ਜੇ ਨਾ ਖੜਿਆ ਤਾਂ ਵੀ ਪੰਗਾ, ਤੁਹਾਨੂੰ ਸੁਭਾਅ ਜਾ ਕੇ ਕਰਨੀ। ਹਾਏ ਇੱਥੇ ਦੇ ਪੈਸੇ ਪਏ ਕੀ, ਉਹ ਕਿੱਥੇ ਗਏ? ਪੁੱਛਾਂ ਭਲਾ ਜਾ ਕੇ ਇਹਨਾਂ ਨੂੰ। ਮੈਂ ਜਿਹੜੀ ਗੱਲ ਕਹਿਣਾ ਸੀ ਮੇਰੀ ਤੇ ਪਹਿਲਾਂ ਸੁਣੋ। ਉਹ ਹੌਸਲੇ ਨਾਲ ਦੱਸ ਕੀ ਗੱਲ ਲੱਗਾ ਜਾ ਕੇ? ਹੌਸਲੇ ਨਾਲ ਕੀ ਦੱਸਾਂ, ਮੇਰੇ ਚ ਨਹੀਂ ਤੇ ਹੌਸਲਾ ਹੈਗਾ। ਆ ਜਾਓ ਹਾਂ ਉੱਥੇ ਬਹੀਏ ਤੇ ਪੈਸੇ ਲੈ ਲਓ ਮੇਰੇ ਕੋਲ। ਤੁਸੀਂ ਕੋਈ ਗੱਲ ਨਹੀਂ, ਚਾਹ ਪਾਣੀ ਪੀਣੀ ਆ ਫਿਰ ਬਾਅਦ ਚ ਲੈ ਲਵਾਂਗੇ। ਉਹ ਭਾਅ ਜੀ ਤੁਹਾਨੂੰ ਪਤਾ ਨਵਦੀਪ ਦੇ ਸੁਭਾਅ ਦਾ ਕਿੱਦਾਂ ਦਾ, ਜੇ ਕਿਤੇ ਉਹਨੂੰ ਪਤਾ ਲੱਗ ਗਿਆ ਨਾ ਉਹਨੇ ਤੁਹਾਨੂੰ ਸਿੱਧੀ ਗੱਲ ਆ ਵੀ ਪੈਸੇ ਨਹੀਂ ਦੇਣ ਦੇਣੇ। ਚਲ ਜਾ ਬੁਲਾ ਲਿਆ, ਪਾਣੀ ਵੀ ਨਹੀਂ ਪੀ ਕੇ ਗਿਆ ਉਹ।